केंद्र सरकार दे नाल अज दी मीटिंग भी बेसिट्टा रही है। बेसिट्टा ही नहीं कह सकते, ये भी कह सकते हैं कि हुण तक केंद्र दे नाल होईयां मीटिंगां दे विच सब तो छोटी मीटिंग ये रही है। 15 जनवरी एक नवी तारीख पा दित्ती गई है। किसान आगू इस बारे की सोचते ने, साडे नाल कीर्ति किसान यूनियन तो रजिंदर सिंह दीपवाला होनी मौजूद ने जो कि इस मीटिंग दे विच मौजूद सन। अज दी मीटिंग जिहड़ी है, पिछली मीटिंग 2.5 घंटे चली, उस तो पहला 5-5, 6-6 घंटे मीटिंगां चलदियां सी, अज तां 1.5 घंटे च नबेड़ा हो गया। ये टाइम को घट रहा कि सरकार हुण गल नहीं सुन रही किसान आगूआं दी? नहीं, देखो गल बहुत साफ आ कि असी लगातार कह रहे हैं कि जिहड़े खेती कानून रद्द करवाउणे आ, पर केंद्र सरकार लगातार एक गल ते नहीं खड़ रहेगी। पहला उन्होंने कहा भी खेती कानून बहुत चंगे आ, फिर कहिंदे सोधा कर दिंदे आ, फिर कदे राजनाथ का बयान आता भी किसान इन्हों कुछ नहीं कहना चाहिए, होर कोई शब्द नहीं वरतना चाहिए, कदे इन्हों का कोई लीडर कहता, कदे माओवादी आ, कदे खालिस्तानी आ। तो सरकार हजे तक यही नहीं समझ आ रहा कि मामले इन्हों जिठना किवें आ, तो जेडे प्रोटेस्ट कर रहे इन्हों कहना की आ। हुण कल इन्हां दे पंजाब दा एक लीडर कहता कि इस मूवमेंट की लीडर ही नहीं है, तो असीं कहा भी लीडर ही नहीं है, सरकार गल किन्ना किहड़े 40 बंदे नाल वार वार जिहड़ी कर रही हैगी आ। तो सरकार हजे जिहड़ी हैगी आ उहनूं कुछ सुझ नहीं रहा। तो नाल एक भी हैगा कि एक जिहड़ी हैगी आ उह तानाशाह सरकार आ, और तानाशाह जिहड़े हुंदे आ उहदे उहनां नूं हटाउण वास्ते लोकां नूं इतिहास सिरजणा पैंदा, और इतिहास 26 जनवरी नूं सिरजिया जाऊगा। और जिहड़ा मोदी नां दा तानाशाह दिल्ली तख्त ते बैठा हैगा ਉਹਨੂੰ 26 ਜਨਵਰੀ ਨੂੰ ਚੁਕਾਇਆ ਜਾਊਗਾ ਤੇ ਕਾਨੂੰਨ ਜਿਹੜੇ ਉਹ ਰੱਦ ਉਹ ਕਰਵਾਏ ਜਾਣਗੇ। ਜਿੰਦਰ ਜੀ ਇੱਕ ਗੱਲ ਦੱਸਿਓ ਕਿ ਅੱਜ ਦੀ ਮੀਟਿੰਗ 'ਚ ਖਾਸ ਕੀ ਰਿਹਾ? ਪਤਾ ਇਹ ਵੀ ਲੱਗਾ ਹੈ ਕਿ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਨੇ ਪਹਿਲਾਂ ਤਾਂ 1.5 ਘੰਟਾ ਲੇਟ ਆਉਂਦੇ ਨੇ, ਫਿਰ ਰੋਟੀ ਖਾਣ ਜਾਂਦੇ ਨੇ ਤਾਂ ਉਦੋਂ ਨਹੀਂ ਵਾਪਸ ਆਉਂਦੇ, ਅਤੇ ਕਿਸਾਨ ਆਗੂ ਜਿਹੜੇ ਨੇ ਇਹ ਕਹਿ ਦਿੰਦੇ ਨੇ ਕਿ ਰੋਟੀ ਤਾਂ ਅਸੀਂ ਬਾਅਦ 'ਚੋਂ ਖਾਵਾਂਗੇ, ਪਹਿਲਾਂ ਗੱਲ ਨਿਬੇੜਾਂਗੇ ਇਹਨਾਂ ਨਾਲ। ਬਿਲਕੁਲ ਜੀ, ਇਹ 2 ਵਜੇ ਮੀਟਿੰਗ ਹੁੰਦੀ ਹੈ, ਲਗਭਗ 2:45 ਵਜੇ ਉਹ ਆਏ, ਥੋੜ੍ਹਾ ਸਮਾਂ ਗੱਲਬਾਤ ਹੋਈ। ਅਸੀਂ ਕਿਹਾ ਵੀ ਤੁਸੀਂ ਦੱਸੋ ਵੀ ਖੇਤੀਬਾੜੀ ਕਾਨੂੰਨ ਰੱਦ ਕਰਨ ਬਾਰੇ ਤੁਹਾਡਾ ਕੀ ਵਿਚਾਰ ਆ? ਦੋ ਟੋਕੀ ਗੱਲ, ਬਹੁਤ ਲੰਬੀ ਚੌੜੀ ਗੱਲ ਨਹੀਂ। ਤੁਸੀਂ ਵਾਰ ਵਾਰ ਸਮਾਂ ਸਾਨੂੰ ਬੁਲਾ ਕੇ ਸਮਾਂ ਬਰਬਾਦ ਕਰਦੇ ਹੋ, ਸਾਡਾ ਵੀ, ਅਤੇ ਇਹਦੇ 'ਚੋਂ ਜੇ ਤੁਸੀਂ ਇਹ ਮੰਨਦੇ ਹੋ, ਉਹਨਾਂ ਨੂੰ ਸਾਫ਼ ਕਿਹਾ ਵੀ ਤੁਸੀਂ ਇਹ ਮੰਨਦੇ ਹੋ ਅਸੀਂ ਪਿੱਛੇ ਹਟ ਜਾਵਾਂਗੇ, ਪਿੱਛੇ ਨਹੀਂ ਹਟਣਾ। ਉਹਨਾਂ ਨੇ ਕਿਹਾ ਵੀ 11 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ, ਤੁਸੀਂ ਵੀ ਸੁਪਰੀਮ ਕੋਰਟ ਚੱਲੋ, ਅਸੀਂ ਵੀ ਸੁਪਰੀਮ ਕੋਰਟ ਚੱਲਦੇ ਹਾਂ। ਸੁਪਰੀਮ ਕੋਰਟ ਨੂੰ ਦੋਨੋਂ ਤਰ੍ਹਾਂ ਆਪਾਂ ਬੇਨਤੀ ਕਰਦੇ ਹਾਂ ਕਿ ਇਹਦੀਆਂ ਹੀਅਰਿੰਗ ਜਲਦੀ ਤੋਂ ਜਲਦੀ ਹੋਣ, ਤਾਂ ਕਿ ਇਹਨਾਂ ਬਾਰੇ ਜਲਦੀ ਫੈਸਲਾ ਹੋ ਸਕੇ ਵੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੀ ਧਿਰ ਅਤੇ ਸਰਕਾਰ ਇਹ ਫੈਸਲਾ ਨਹੀਂ ਕਰ ਪਾ ਰਹੀ, ਕਿਉਂ ਨਾ ਆਪਾਂ ਸੁਪਰੀਮ ਕੋਰਟ ਤੋਂ ਫੈਸਲਾ ਕਰਵਾ ਲਈਏ? ਅਸੀਂ ਕਿਹਾ ਵੀ ਅਸੀਂ ਅਦਾਲਤਾਂ 'ਚ ਇੱਥੇ ਸਾਲਾਂ ਬੱਧੀ ਲੋਕ ਘੱਸ ਜਾਂਦੇ ਆ। ਅਦਾਲਤ ਬਾਰੇ ਤਾਂ ਕਿਹਾ ਜਾਂਦਾ ਨਾ ਵੀ ਅਦਾਲਤ ਦਾ ਮਤਲਬ ਵੀ ਆ ਜਾ ਦੇ ਜਾ ਲੈ ਜਾ ਤਰੀਕ ਆ, 6-6 ਫੁੱਟ ਦੇ ਬੰਦੇ ਘੱਸ ਕੇ 5 ਫੁੱਟ ਦੇ ਰਹਿ ਜਾਂਦੇ, ਤਰੀਕਾਂ ਤੋਂ ਬਿਨਾਂ ਕੁਛ ਨਹੀਂ ਮਿਲਦਾ ਗਾ। ਅਤੇ ਸਰਕਾਰ ਵੀ ਤਰੀਕ 'ਤੇ ਤਰੀਕ ਹੀ ਦੇ ਰਹੀ ਹੈ ਮੀਟਿੰਗ ਦੇ ਵਿੱਚ ਵੀ ਅਸੀਂ ਸੁਪਰੀਮ ਕੋਰਟ ਨਹੀਂ ਜਾਣਾਗਾ। ਜੇ ਸੁਪਰੀਮ ਕੋਰਟ ਨੇ ਹੁਣ ਸਾਨੂੰ ਨੋਟਿਸ ਕੀਤਾ ਵੀ ਇਹ ਧਰਨੇ ਬਾਰੇ ਅਸੀਂ ਜਾਵਾਂਗੇ, ਵੀ ਜੇ ਸੁਪਰੀਮ ਕੋਰਟ ਸਾਡੇ ਖਿਲਾਫ਼ ਕੋਈ ਫੈਸਲਾ ਕਰਦੀ ਹੈ ਧਰਨਾ ਚੱਕਣ ਦਾ, ਅਸੀਂ ਉਹ ਫੈਸਲਾ ਨਹੀਂ ਮੰਨਣਾਗਾ। ਅਸੀਂ ਜੋ ਇਸ ਸਿਸਟਮ ਦੇ ਵਿੱਚ ਕਿਸਾਨ ਵਿਰੋਧੀ ਆ ਉਹਨੂੰ ਹੁਣ ਬੇਪਰਦ ਕਰਾਂਗੇ, ਔਰ ਕਾਨੂੰਨ ਰੱਦ ਕਿਰਾਏ ਤੋਂ ਬਿਨਾਂ ਨਹੀਂ ਉੱਠਾਂਗੇ, ਇਹ ਗੱਲ ਤੁਹਾਨੂੰ ਅਸੀਂ ਸਾਫ਼ ਰੂਪ 'ਚ ਕਹਿ ਰਹੇ ਹਾਂ। ਇਹ ਵੀ ਮੰਨ ਲਿਆ ਜਾਵੇ ਕਿ ਜੇ 11 ਤਰੀਕ ਨੂੰ ਕੋਈ ਫੈਸਲਾ ਆਉਂਦਾ ਹੈ, ਫਿਰ ਸੁਪਰੀਮ ਕੋਰਟ ਦੇ ਖਿਲਾਫ਼ ਵੀ ਲੜਾਈ ਸ਼ੁਰੂ ਕੀਤੀ ਜਾਵੇਗੀ? ਦੇਖੋ ਸਾਡੀ ਲੜਾਈ ਕਿਸੇ ਦੇ ਖਿਲਾਫ਼ ਨਹੀਂ, ਜੇ ਮੰਨ ਸਾਡੀ ਲੜਾਈ ਹੈ 3 ਕਾਨੂੰਨਾਂ ਦੇ ਖਿਲਾਫ਼ ਆ, ਅਤੇ ਜਿਹੜਾ ਵੀ ਇਹ ਲੜਾਈ ਦੇ ਰਾਹ 'ਚ ਆਊਗਾ ਅਸੀਂ ਉਹਦੇ ਖਿਲਾਫ਼ ਹੁੰਦੇ ਜਾਵਾਂਗੇ, ਇਹ ਗੱਲ ਸਾਫ਼ ਆ। ਕੱਲ੍ਹ ਜਿਹੜਾ ਟਰੈਕਟਰ ਮਾਰਚ ਹੋਇਆ ਸੀ, ਇਹ ਆਖਿਆ ਜਾ ਰਿਹਾ ਸੀ ਕਿ ਚੇਤਾਵਨੀ ਹੈ ਸਰਕਾਰ ਦੇ ਲਈ, ਪਰ ਉਹ ਚੇਤਾਵਨੀ ਦਾ ਕੋਈ ਅਸਰ ਹੋਇਆ ਨਹੀਂ, ਸਰਕਾਰ ਤਾਂ ਹੋਰ ਸਖਤ ਹੋ ਗਈ ਅੱਜ ਦੀ ਮੀਟਿੰਗ ਦੇ ਵਿੱਚ। ਸਿੱਧੀ 2 ਟੁੱਕ ਉਹਨਾਂ ਨੇ ਵੀ ਆਖ ਦਿੱਤਾ ਕਿ ਕਾਨੂੰਨ ਨਹੀਂ ਰੱਦ ਹੋਣੇ, ਅਸੀਂ ਪੂਰੇ ਦੇਸ਼ ਲਈ ਲਾਗੂ ਕੀਤੇ ਨੇ ਅਤੇ ਕਰੋੜਾਂ ਲੋਕ ਇਸ ਦਾ ਸਮਰਥਨ ਕਰ ਰਹੇ ਨੇ। ਦੇਖੋ ਸੁੱਖ ਜੀ, ਇੱਕ ਮਨੋਵਿਗਿਆਨਿਕ ਲੜਾਈ ਵੀ ਹੁੰਦੀ ਆ। ਕੱਲ੍ਹ ਦੇ ਟਰੈਕਟਰ ਜਿਹੜੇ ਆ ਉਹ KMP ਰੋਡ 'ਤੇ ਨਹੀਂ ਚੱਲੇ, ਮੋਦੀ ਸਰਕਾਰ ਦੀ ਹਿੱਕ 'ਤੇ ਚੱਲੇ ਆ ਟਰੈਕਟਰ ਉਹ, ਔਰ ਬੜੇ ਸ਼ਾਰਟ ਨੋਟਸ 'ਤੇ ਹਜ਼ਾਰਾਂ ਟਰੈਕਟਰ ਅਤੇ ਲੱਖਾਂ ਲੋਕ। ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਵੀ ਸਾਡੇ 'ਤੇ ਉਸ ਗੱਲ ਦਾ ਅਸਰ ਨਹੀਂ ਗਾ। ਉਹ ਮਾਨਸਿਕ ਤੌਰ 'ਤੇ ਜਿਵੇਂ ਕੱਲ੍ਹ ਦੇ ਉਹ ਟਰੈਕਟਰ ਮਾਰਚ ਤੋਂ ਬਾਅਦ ਜਿਵੇਂ ਜ਼ਹਿਰ ਉਗਲਣ ਲੱਗੇ ਹੋਏ ਉਹਨਾਂ ਦੇ ਲੀਡਰ, ਇਹ ਉਹਨਾਂ ਦੀ ਪਰੇਸ਼ਾਨੀ ਹੈਗੀ ਆ, ਉਹ ਸਮਝ ਆਉਂਦੀ ਆ ਸਾਰੀ ਗੱਲ। ਦਬਾਅ ਹੈਗਾ, ਜੇ ਦਬਾਅ ਨਹੀਂ ਹੈਗਾ ਤਾਂ ਵਾਰ ਵਾਰ ਮੀਟਿੰਗ ਕਿਉਂ ਕਰ ਰਹੇ ਆ? ਔਰ ਅੱਜ ਦੀ ਮੀਟਿੰਗ 'ਚ ਅਸੀਂ ਖੇਤੀਬਾੜੀ ਮੰਤਰੀ ਤੋਮਰ ਨੂੰ ਬਹੁਤ ਸਾਫ਼ ਕਿਹਾ ਕਿ ਤੁਹਾਡੇ ਕੁਛ ਜਿਹੜੇ ਲੀਡਰ ਆ BJP ਦੇ, ਉਹਨਾਂ ਨੂੰ ਕਹੋ ਵੀ ਆਪਣੀ ਜ਼ਬਾਨ 'ਤੇ ਥੋੜ੍ਹੀ ਜਿਹੀ ਲਗਾਮ ਲਗਾਉਣ, ਦੂਜੇ ਸੂਬਿਆਂ 'ਚ ਜੋ ਮਰਜ਼ੀ ਤੁਸੀਂ ਬੋਲੀ ਜਾਂਦੇ ਚੱਲਦਾ, ਪੰਜਾਬ 'ਚ ਇਹ ਨਹੀਂ ਚੱਲਣਾ ਗਾ। ਜਿਵੇਂ ਤੁਸੀਂ ਲਗਾਤਾਰ ਕਿਸਾਨ ਆਗੂ ਬਾਰੇ ਜ਼ਹਿਰ ਜਿਹੜੇ ਉਗਲ ਰਹੇ ਹੈਗੇ ਹੋ, ਇਸ ਗੱਲ ਨੂੰ ਜਿਹੜਾ ਹੈਗਾ ਫੌਰੀ ਜਿਹੜਾ ਰੋਕਿਆ ਜਾਣਾ ਚਾਹੀਦਾ, ਨਹੀਂ ਤਾਂ ਜੇ ਕੁਛ ਇਸ ਤਰ੍ਹਾਂ ਦਾ ਵਾਪਰਦਾ ਹੈਗਾ
ਵੀ ਅੱਗੇ ਤੋਂ ਫਿਰ ਜੇ ਨਹੀਂ ਕੰਟਰੋਲ ਹੁੰਦਾ ਲਗਾਤਾਰ ਇਹ ਰੁਗਲਿਆ ਜਾਊਗਾ ਅਤੇ ਜੇ ਅਸੀਂ ਕੋਈ ਜਵਾਨ 'ਚੋਂ ਜਵਾਨ ਥੋੜ੍ਹੀ ਜਿਹੀ ਖੋਲ੍ਹੀ ਤਾਂ ਉਹਦੇ ਨਤੀਜੇ ਠੀਕ ਨਹੀਂ ਨਿਕਲੇਂਗੇ। ਇਹਨਾਂ ਨੂੰ ਕੰਟਰੋਲ ਕਰੋ। ਉਹ ਕਹਿੰਦੇ ਵੀ ਉਹ ਕਿਹੜੇ ਲੀਡਰ ਆ, ਉਹ ਕਹਿੰਦੇ ਕਿਹੜੇ ਲੀਡਰ ਸੀਗਾ, ਤੁਹਾਨੂੰ ਸਭ ਪਤਾ ਕਿਹੜੇ ਲੀਡਰ ਆ, ਅਤੇ ਉਹਨਾਂ ਨੂੰ ਕੰਟਰੋਲ ਕਰੋ। ਵਾਰ ਵਾਰ ਤੁਸੀਂ ਆਖਿਆ ਕਿ ਮੀਟਿੰਗ ਲਈ ਕਿਉਂ ਬੁਲਾ ਰਹੇ ਨੇ, ਲੋਕ ਇਹ ਵੀ ਆਖ ਰਹੇ ਨੇ ਕਿ ਵਾਰ ਵਾਰ ਤੁਸੀਂ ਕਿਉਂ ਜਾ ਰਹੇ ਹੋ ਜਦੋਂ ਗੱਲ ਨਹੀਂ ਸੁਣੀ ਜਾ ਰਹੀ। ਹੁਣ ਲੋਕ ਇਹ ਵੀ ਸਵਾਲ ਕਿਸਾਨ ਆਗੂਆਂ ਨੂੰ ਕਰ ਰਹੇ ਨੇ, ਇਹਦਾ ਜਵਾਬ ਕਿਵੇਂ ਦੇਣਾ ਚਾਹੋਗੇ? ਦੇਖੋ, ਮਾਮਲਾ ਤਾਂ ਗੱਲਬਾਤ ਰਾਹੀਂ ਹੱਲ ਹੋਣਾ। ਹਰ ਮੀਟਿੰਗ ਦੇ ਵਿੱਚ ਕਾਨੂੰਨ ਭਾਵੇਂ ਰੱਦ ਨਹੀਂ ਹੁੰਦੇ, ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਸੁਪਰੀਮ ਕੋਰਟ ਵਾਲੀ ਗੱਲ 'ਚ ਕਲੀਅਰ ਕਰਨ ਦੀ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਹੁਣ ਆਖਰੀ ਵਸੀਲਾ ਇਹ ਆ। ਉਹ ਕਹਿ ਆਉਂਦਾ ਵੀ ਕੋਈ ਵੀ ਜਿਹੜਾ ਸਾਡੇ ਖਿਲਾਫ਼ ਫੈਸਲਾ ਕਰੂਗਾ ਅਸੀਂ ਨਹੀਂ ਮੰਨਾਂਗੇ, ਕਾਨੂੰਨ ਰੱਦ ਜਿਹੜੇ ਹੈਗੇ ਆ ਉਹ ਕਰਵਾਉਣੇ ਆ। ਜਿਹੜੇ ਉਹ ਕਹਿ ਰਹੇ ਆ ਵੀ ਇਹ ਕਿਸਾਨ ਰਾਜਨੀਤੀ ਕਰ ਰਹੇ ਆ, ਰਾਜਨੀਤਿਕ ਪਾਰਟੀ, ਅੱਗੇ ਵੀ ਇੱਕ ਪੱਤਰਕਾਰ ਵੀਰ ਨੇ ਪੁੱਛਿਆ ਵੀ ਰਾਜਨੀਤਿਕ ਪਾਰਟੀ ਬਣਾਉਣਾ ਚਾਹੁੰਦੇ, ਰਾਜਨੀਤੀ ਕਰ ਰਹੇ ਆ, ਮੈਂ ਕਿਹਾ ਤੁਸੀਂ ਸਾਡੀ ਰਾਜਨੀਤੀ ਫੇਲ ਕਰ ਦਿਓ। ਤਿੰਨ ਕਾਨੂੰਨ, ਤਿੰਨ ਖੇਤੀ ਕਾਨੂੰਨ ਰੱਦ ਕਰੋ, ਸਾਡੀ ਰਾਜਨੀਤੀ ਉਦੋਂ ਹੀ ਫੇਲ ਹੋ ਜਾਣੀ ਹੈ। ਇਹ ਵੀ ਵੱਡਾ ਸਵਾਲ ਆਇਆ, ਉਹ ਕਹਿੰਦੇ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਅੰਦੋਲਨ 'ਚ, ਲੋਕ ਠਰ ਰਹੇ ਨੇ, ਮੀਆਂ 'ਚ ਭਿੱਜ ਰਹੇ ਨੇ, ਇਹਦਾ ਕਿਸਾਨ ਆਗੂਆਂ 'ਤੇ ਕੋਈ ਅਸਰ ਨਹੀਂ, ਉਹ ਤਾਂ ਨਿੱਜੀ ਹਿੱਤਾਂ ਦੇ ਲਈ ਇਹ ਅੰਦੋਲਨ ਜਿਹੜਾ ਹੈ ਉਹ ਕਰ ਰਹੇ ਨੇ। ਅਸਰ ਤਾਂ ਮੋਦੀ ਸਰਕਾਰ 'ਤੇ ਨਹੀਂ ਗਾ, ਕਿਸਾਨ ਆਗੂਆਂ 'ਤੇ ਕਿਉਂ ਨਹੀਂ ਅਸਰ ਗਾ? ਮੋਦੀ ਵਾਸ਼ਿੰਗਟਨ ਦੇ ਵਿੱਚ ਕੁਛ ਹੁੰਦਾ ਉੱਥੇ ਟਵੀਟ ਕਰਦੇ ਆ, ਇੱਥੇ 70 ਲੋਕ ਸ਼ਹੀਦ ਹੋ ਗਏ, ਮੋਦੀ ਸਾਹਿਬ ਦੇ ਇੱਕ ਮੂੰਹ ਤੋਂ ਜਿਹੜਾ ਸ਼ਬਦ ਨਹੀਂ ਨਿਕਲਦਾ ਗਾ। ਇਹ ਉਹੀ ਖੇਤੀਬਾੜੀ ਸੈਕਟਰ ਆ ਨਾ, ਕਰੋਨਾ ਦੇ ਵਿੱਚ ਜਿੰਨੇ ਆਰਥਿਕਤਾ ਦੇ ਸੈਕਟਰ ਸੀ ਸਾਰੇ ਹੇਠਾਂ ਗਏ, ਸਿਰਫ ਖੇਤੀਬਾੜੀ ਸੈਕਟਰ 'ਚ ਵਿਕਾਸ ਦਰ ਜਿਹੜਾ ਸੀਗਾ, ਵਾਧਾ ਦਰ ਜਿਹੜੀ ਸੀ ਉਹ ਦਰਜ ਕੀਤੀ ਗਈ, ਔਰ ਉਸੇ ਸੈਕਟਰ ਨੂੰ ਇਹ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਆ, ਉਹਨੂੰ ਬਚਾਉਣ ਲੱਗੇ ਜਿਹੜੇ ਦੇਸ਼ ਦੀ ਜ਼ਮੀਨ ਅਤੇ ਅਨਾਜ ਨੂੰ 70 ਲੋਕ ਸ਼ਹੀਦ ਹੋ ਗਏ, ਉਹਦੇ ਬਾਰੇ ਸਰਕਾਰ ਕੁਛ ਵੀ ਨਹੀਂ ਬੋਲਣਾ ਚਾਹੁੰਦੀ ਗੀ। ਜੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਕਿਸਾਨਾਂ ਦੇ ਧੈਸ਼ੀ ਨੇ ਅਤੇ ਕਿਸਾਨ ਕਾਨੂੰਨ ਜਿਹੜੇ ਹੈਗੇ ਰੱਦ ਕਰਨ, ਜਿਹੜਾ ਇਹ ਕਿਸਾਨ ਆਗੂਆਂ ਬਾਰੇ ਕਹਿ ਰਹੇ, ਕਿਸਾਨ ਜਥੇਬੰਦੀਆਂ ਕਹਿ ਰਹੇ ਆ ਪਿਛਲੇ 30 ਸਾਲਾਂ ਤੋਂ ਲਗਾਤਾਰ ਸਾਡੇ ਸੀਨੀਅਰ ਆਗੂ ਅਤੇ ਬਹੁਤ ਸਾਲਾਂ ਤੋਂ ਅਸੀਂ ਲੱਗੇ ਹੋਏ ਹਾਂ ਲਗਾਤਾਰ ਇਹਨਾਂ ਕਾਨੂੰਨਾਂ ਬਾਰੇ ਲੋਕਾਂ ਨੂੰ ਜਗਾਉਣ, ਜਿਹੜੀਆਂ ਇਹ ਵੀ ਨਿੱਜੀਕਰਨ ਦੀਆਂ ਨੀਤੀਆਂ ਜਿਹਦੇ ਤਹਿਤ ਦੇਸ਼ ਦਾ ਜਲ, ਜੰਗਲ, ਜ਼ਮੀਨ ਇੱਥੋਂ ਦੇ ਅਦਾਰੇ ਕੌਡੀਆਂ ਦੇ ਭਾਅ ਕੰਪਨੀਆਂ ਨੂੰ ਵੇਚੇ ਜਾ ਰਹੇ ਆ, ਔਰ ਉਸੇ ਨੀਤੀ ਦੇ ਤਹਿਤ ਹੀ ਜਿਹੜੇ ਇਹ ਖੇਤੀ ਕਾਨੂੰਨ ਆਏ ਹੈਗੇ ਆ, ਔਰ ਇਹਦੇ ਖਿਲਾਫ਼ ਜਿਹੜੀ ਐਡੀ ਵੱਡੀ ਇਹ ਮੂਵਮੈਂਟ ਬਣੀ ਹੈਗੀ ਆ, ਸਰਕਾਰ ਦੇ ਕੋਲ ਕੋਈ ਰਾਹ ਨਹੀਂ ਸਵਾਏ ਇਸ ਅੰਦੋਲਨ ਨੂੰ ਬਦਨਾਮ ਕਰਨ ਤੋਂ। ਇੱਕ ਗੱਲ ਹੋਰ ਦੱਸਿਓ ਕਿ ਸੁਪਰੀਮ ਕੋਰਟ ਦੀ ਧਿਰ ਕਿਉਂ ਨਹੀਂ ਬਣਿਆ ਜਾ ਰਿਹਾ? ਸੁਪਰੀਮ ਕੋਰਟ ਵਾਸਤੇ ਹੁਣ ਸਰਕਾਰ ਨੇ ਅੱਜ ਕਹਿਤਾ ਕਿ ਜੇ ਤੁਹਾਨੂੰ ਕਾਨੂੰਨ ਨਹੀਂ ਪਸੰਦ ਤਾਂ ਤੁਸੀਂ ਜਾਓ ਸੁਪਰੀਮ ਕੋਰਟ, ਉੱਥੇ ਚੈਲੇਂਜ ਕਰੋ। ਸੁਪਰੀਮ ਕੋਰਟ ਦੀ ਧਿਰ ਕਿਉਂ ਨਹੀਂ ਬਣ ਰਹੀ ਕਿਸਾਨ ਜਥੇਬੰਦੀਆਂ? ਕਿ ਇਹੀ ਕਿ ਅਦਾਲਤੀ ਚੱਕਰਾਂ 'ਚ ਪੈ ਕੇ ਅਸੀਂ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ? ਦੇਖੋ, ਇੱਕ ਤਾਂ ਅਦਾਲਤਾਂ 'ਚ ਕੇਸ ਸਾਲਾਂ ਬੱਧੀ ਚੱਲਦੇ ਆ, 2-3 ਸਾਲ ਵੀ ਕੇਸ ਚੱਲਿਆ, 2-3 ਸਾਲਾਂ 'ਚ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਰਹਿਣ ਨਹੀਂ ਦੇਣੀਆਂ ਹੈਗੀਆਂ, ਸਾਰੀਆਂ ਜ਼ਮੀਨਾਂ 'ਤੇ ਕਾਰਪੋਰੇਟ ਨੇ ਕਬਜ਼ੇ ਕਰ ਲੈਣੇ ਆ। ਦੂਸਰੀ ਗੱਲ ਕਿ ਇਸ ਦੇਸ਼ ਦੇ ਜਿੰਨੇ ਵੀ ਅਦਾਰੇ ਹੈਗੇ ਆ ਉਹਨਾਂ ਅਦਾਰਿਆਂ ਦੇ ਉੱਪਰ ਕੇਂਦਰ ਦੀ ਜਿਹੜੀ BJP ਸਰਕਾਰ ਉਹਦਾ ਪ੍ਰਭਾਵ ਆ, ਉਹ ਅਦਾਰੇ ਨਿਰਪੱਖ ਨਹੀਂ ਰਹਿ ਗਏ। ਤੁਹਾਨੂੰ ਲੱਗਦਾ ਹੈ ਕਿ ਇਹ ਇਸ ਕਰਕੇ ਤੁਸੀਂ ਸੁਪਰੀਮ ਕੋਰਟ 'ਚ ਧਿਰ ਨਹੀਂ ਬਣਨਾ ਚਾਹੁੰਦੇ? ਬਿਲਕੁਲ ਜੀ, ਬਿਲਕੁਲ। ਪੰਜਾਬ ਸਰਕਾਰ ਵੱਲੋਂ ਵੀ ਪਤਾ ਲੱਗਿਆ ਕਿ ਹੁਣ ਨੌਜਵਾਨਾਂ ਦੇ ਉੱਤੇ ਧੜਾਧੜ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਅੰਦੋਲਨ ਦੇ ਨਾਲ ਜਿਹੜੇ ਸੰਬੰਧਿਤ ਲੋਕ ਨੇ, ਪਿੱਛੇ ਸਕੂਲ ਖੋਲ੍ਹ ਦਿੱਤੇ ਗਏ ਨੇ ਕਿ ਹੋ ਸਕਦਾ ਕਿ ਇੱਥੋਂ ਵਾਪਸ ਮੁੜਨੇ ਲੋਕ ਸ਼ਾਮਿਲ ਹੋ ਜਾਣ। ਵਿਰੋਧੀ ਪਾਰਟੀਆਂ ਵੀ ਆਖ ਰਹੀਆਂ ਨੇ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੁਹਾਨੂੰ ਲੱਗਦਾ ਕਿ ਅਜਿਹੇ ਫੈਸਲੇ ਜਿਹੜੇ ਸਰਕਾਰ ਕਰ ਰਹੀ ਹੈ ਪਿਛਲੇ ਕੁਛ ਦਿਨਾਂ 'ਚ ਹੋਏ ਨੇ, ਇਹ ਕੇਂਦਰ ਸਰਕਾਰ ਦੇ ਦਬਾਅ ਹੇਠ ਹੋ ਰਹੇ ਨੇ? ਬਿਲਕੁਲ ਜੀ, ਬਿਲਕੁਲ, ਕੇਂਦਰ ਸਰਕਾਰ ਦੇ ਦਬਾਅ ਹੇਠ ਬਹੁਤ ਕੁਛ ਹੋ ਰਿਹਾ। ਇੱਥੇ ਇੱਕ ਗੋਆ ਸਿੱਟਣ ਦੇ 307 ਦਾ ਪਰਚਾ ਦਰਜ ਹੋ ਜਾਂਦਾ, ਗੋਆ ਸਿੱਟਿਆ, ਕੋਈ ਬੰਬ ਤਾਂ ਨਹੀਂ ਸਿੱਟਿਆ ਗਿਆ, ਵੀ 307 ਦੇ ਪਰਚੇ ਦਰਜ ਕੀਤੇ ਜਾ ਰਹੇ ਆ। 307 ਇਹਨਾਂ ਨੇ 57 ਜਿਹੜੀ ਹੈਗੀ ਆ ਉਹ ਬਣਾਈ ਹੋਈ ਆ, ਔਰ ਕਿਸੇ ਕਲਾਕਾਰ ਵੀਰ 'ਤੇ ਜਿਹੜਾ ਹੈਗਾ ਉਹ ਪਰਚੇ ਦਰਜ ਕੀਤੇ ਜਾ ਰਹੇ ਆ ਵੀ ਉਹ ਕਿਸਾਨ ਅੰਦੋਲਨ ਦੇ ਪੱਖ 'ਚ ਉਹਨਾਂ ਨੇ ਪਹਿਲਾਂ ਜਿਹੜੇ ਗੀਤ ਗਾਏ ਆ। ਤੋਂ ਲਗਾਤਾਰ ਇਸੇ ਤਰ੍ਹਾਂ ਸੰਗਰੂਰ 'ਚ ਜਿਹੜਾ ਕਿਸਾਨਾਂ 'ਤੇ ਲਾਠੀਚਾਰਜ ਕੀਤਾ, ਸਾਡੇ ਗਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦਾ ਆਗੂ ਸੀਗਾ, ਕੁੱਟ ਕੁੱਟ ਕੇ ਇਹਨਾਂ ਨੇ ਜਿਹੜਾ ਬੇਹੋਸ਼ ਕਰਤਾ, ਸੱਟਾਂ ਮਾਰੀਆਂ ਪੁਲਿਸ ਨੇ ਉਹਨੂੰ, ਇੱਥੋਂ ਤੱਕ ਤਾਂ ਸਰਕਾਰ ਜਿਹੜੀ ਪਹੁੰਚੀ ਹੋਈ ਆ। ਅਸਲ ਦੇ ਵਿੱਚ ਕੀ ਸਾਰੀਆਂ ਸਿਆਸੀ ਪਾਰਟੀਆਂ ਇਸ ਕਿਸਾਨ ਅੰਦੋਲਨ ਤੋਂ ਘਬਰਾਈਆਂ ਹੋਈਆਂ ਨੇ, ਕਿਉਂਕਿ ਲੱਗਦਾ ਕਿ ਜਿਹੜੇ ਲੋਕ ਇੱਥੋਂ ਜੇ ਜਿੱਤ ਕੇ ਜਾਂਦੇ ਆ, ਜਿਨ੍ਹਾਂ ਦੇ ਮਨ 'ਚ ਉਹ ਯਾਰ ਅਸੀਂ ਮੋਦੀ 'ਚ ਘਾਤਾ, ਫਿਰ ਉਹਨਾਂ ਅੱਗੇ ਕੋਈ ਤਹਿਸੀਲਦਾਰ, ਪਟਵਾਰੀ ਜਾਂ MLA ਕੀ ਚੀਜ਼ ਹੋਊਗਾ। ਇਸ ਕਰਕੇ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਇਆ, ਲੋਕ ਜਿੱਤ ਨਾ ਸਕਣ, ਇਹ ਸਾਰੀਆਂ ਪਾਰਟੀਆਂ ਜਿਹੜੀਆਂ ਅੰਦਰੋਂ ਖਾਤੇ ਜਿਹੜੀਆਂ ਨੇ ਇਸ ਗੱਲੋਂ ਉਹ ਸੜੀਆਂ ਹੋਈਆਂ ਨੇ, ਔਰ ਲਗਾਤਾਰ ਅੰਦੋਲਨ ਦੇ ਅਗੇਂਸਟ ਉਹ ਭੁਗਤ ਰਹੀਆਂ ਨੇ। ਆਖਰੀ ਸਵਾਲ, 15 ਤਰੀਕ ਨੂੰ ਮੀਟਿੰਗ 'ਚ ਜਾਣਗੇ ਕਿਸਾਨ? ਬਿਲਕੁਲ ਜੀ, ਗੱਲਬਾਤ ਤੋਂ ਅਸੀਂ ਕਦੇ ਨਹੀਂ ਭੱਜਾਂਗੇ। ਜਿਹੜੀ ਸਰਕਾਰ ਇਹ ਕਹਿਣ, ਇਹ ਨਾ ਕਹੇ ਕਿ ਵੀ ਜਿਹੜੀ ਹੈਗੀ ਗੱਲ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਮੁੱਖ ਟੇਕ ਜਿਹੜੀ ਅੰਦੋਲਨ 'ਤੇ ਰੱਖਾਂਗੇ। 26 ਜਨਵਰੀ ਦੀਆਂ ਜਿਹੜੀਆਂ ਸਾਡੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ 'ਚ ਚੱਲ ਰਹੀਆਂ ਨੇ, ਅਸੀਂ ਪੰਜਾਬ ਦੇ 'ਚ ਕਿਰਤੀ ਕਿਸਾਨ ਯੂਨੀਅਨ ਵਲੰਟੀਅਰ ਭਰਤੀ ਸ਼ੁਰੂ ਕਰਤੇ ਆ। 3,500 ਨੌਜਵਾਨ ਜਿਹੜੇ ਕੱਲ੍ਹ ਸ਼ਾਮ ਤੱਕ ਸਾਨੂੰ ਨਾਮ ਲਿਖਾ ਚੁੱਕੇ ਆ, ਹਜ਼ਾਰਾਂ ਦੀ ਗਿਣਤੀ 'ਚ ਵਲੰਟੀਅਰ ਭਰਤੀ ਕਰਾਂਗੇ, ਔਰ ਵੱਡੀ ਗਿਣਤੀ 'ਚ ਟਰੈਕਟਰ ਇੱਥੇ ਆਉਣਗੇ, ਔਰ 26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ
ਪ੍ਰਦੀਪ ਵਾਲਾ ਜੋ ਕਿ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਨੇ ਅੱਜ ਦੀ ਹੋਈ ਮੀਟਿੰਗ ਦੇ ਵਿੱਚ ਸ਼ਾਮਿਲ ਸਨ। ਲਗਾਤਾਰ ਮੀਟਿੰਗਾਂ ਦਾ ਹਿੱਸਾ ਬਣ ਰਹੇ ਨੇ, ਕੇਂਦਰੀ ਮੰਤਰੀਆਂ ਦੇ ਨਾਲ ਜਿਹੜੀਆਂ ਹੋ ਰਹੀਆਂ ਨੇ। ਸੋ ਉਹਨਾਂ ਨੇ ਇਕੱਲੀ ਇਕੱਲੀ ਗੱਲ ਦੱਸੀ ਕਿ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਅਤੇ ਕਿਵੇਂ ਦੇ ਜਵਾਬ ਜਿਹੜੇ ਨੇ ਉਹ ਫਿਰ ਕਿਸਾਨ ਆਗੂਆਂ ਵੱਲੋਂ ਕੇਂਦਰੀ ਮੰਤਰੀਆਂ ਨੂੰ ਦਿੱਤੇ ਗਏ।